ਮੌਸਮ ਵਿਭਾਗ ਦਾ ਇੱਕ ਵਿਸ਼ੇਸ਼ ਬਿਆਨ ਮੈਟਰੋ ਵੈਨਕੂਵਰ ਦੇ ਲਈ ਪ੍ਰਭਾਵਿਤ ਹੋ ਸਕਦਾ ਹੈ ਵੀਰਵਾਰ ਤੋਂ ਸ਼ਨੀਵਾਰ ਤੱਕ ਤਾਪਮਨ 20 ਤੋਂ 30 ਡਿਗਰੀ ਰਹਿ ਸਕਦਾ ਹੈ ਮੌਸਮ ਵਿਗਿਆਨੀ ਮਾਈਕਲ ਕੁਸ ਦਾ ਕਹਿਣਾ ਹੈ ਕਿ ਇਹ ਆਮ ਨਾਲੋਂ ਲਗਭਗ 10 ਡਿਗਰੀ ਗਰਮ ਰਹੇਗਾ ਉੱਚ ਦਬਾਅ ਦਾ ਹਿੱਸਾ ਮਜ਼ਬੂਤ ਤੇ ੱੱਕਾ ਕਰ ਰਿਹਾ ਹੈ ਉੱਤਰ ਦੇ ਵਿੱਚ BC ਤੇ ਅਲਬਰਟਾ ਦੇ ਲਈ ਕਸਟ ਨੇ ਕਿਹਾ ਹੈ ਕਿ ਪਿਛਲੇ ਮਹੀਨੇ ਦੀ ਮਾਰੂ ਗਰਮੀ ਤੋਂ ਬਾਅਦ ਜਾਰੀ ਕੀਤੀ ਗਈ ਇਹ ਪਹਿਲੀ ਚੇਤਾਵਨੀ ਹੈ ਵਾਤਾਵਰਣ ਕੈਨੇਡਾ ਅਨੁਸਾਰ ਸਭ ਤੋਂ ਵੱਧ ਤਾਪਮਾਨ ਫਰੇਜ਼ਰ ਵੈਲੀ ਸੀ ਟੂ ਸਕਾਈ ਰੀਜਨ ਅਤੇ ਆਇਲੈਂਡ ਵੈਂਕੂਵਰ ਤੇ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ ਸਭ ਤੋਂ ਜ਼ਿਆਦਾ ਕਮਜ਼ੋਰ ਜਵਾਨ ਬੱਚੇ ਗਰਭवती ਔਰਤਾਂ ਬਜ਼ੁਰਗ ਤੇ ਪੁਰਾਣੀ ਬਿਮਾਰੀ ਦੇ ਨਾਲ ਪੀੜਤਾਂ ਨੂੰ ਕਿਸੇ ਵੀ ਤਰ੍ਹਾਂ ਦੇ ਲੱਛਣ ਜਿਵੇਂ ਕਿ ਸਵੇਲਿੰਗ ਤਫੜ ਕ੍ਰੈਂਪਸ ਬੇਹੋਸ਼ੀ ਤੇ ਹੀਟ ਸਟ੍ਰੋਕ ਅਤੇ ਕੁਝ ਹੋਰ ਸਿਹਤ ਸਥਿਤੀਆਂ ਦੇ ਵਿਗੜਨ ਦੇ ਲਈ ਤਿਆਰ ਰਹਿਣ ਲਈ ਕਿਹਾ ਜਾ ਰਿਹਾ ਹੈ ਪਿਛਲੇ ਮਹੀਨੇ ਦੀ ਹੀਟ ਵੇਵ ਦੌਰਾਨ 25 ਜੂਨ ਤੋਂ 1 ਜੁਲਾਈ ਦੇ ਦਰਮਿਆਨ ਪੂਰੇ ਸੂਬੇ ਦੇ ਵਿੱਚ 815 ਅਚਾਨਕ ਮੌਤਾਂ ਹੋਈਆਂ ਜੋ ਚੌਥੀ ਵਾਰ ਦੇ ਵਾਧਾ 198 ਤੇ ਉਸ ਸਮੇਂ ਦੇ ਔਸਤਨ ਤੋਂ ਵੱਧ ਮੰਨਿਆ ਜਾ ਰਿਹਾ ਹੈ ਮੰਨਿਆ ਵੀ ਜਾਂਦਾ ਹੈ ਕਿ ਬਹੁਤ ਸਾਰੀਆਂ ਮੌਤਾਂ ਦਾ ਕਾਰਨ ਗਰਮੀ ਹੀ ਸੀ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ